ਪੰਜਾਬ ਦੇ ਪਾਣੀ ਤੇ ਹੁਣ ਆਮ ਆਦਮੀ ਪਾਰਟੀ ਨੇ ਰਾਜਸਥਾਨ ਦੇ ਵਿੱਚ ਵੀ ਸਿਆਸਤ ਕਰਨ ਵਾਸਤੇ ਐਂਟਰੀ ਕਰਨ ਦਾ ਰਣਨੀਤੀ ਬਣਾ ਲਈ ਆ, ਪ੍ਰੋਗਰਾਮ ਬਣਾ ਲਏ ਨੇ। ਚਰਚਾ ਇਹ ਹੈ ਕਿ ਜਿਹੜਾ ਰਾਜਸਥਾਨ ਨੂੰ 11,000 ਕਿਊਸਿਕ ਪਾਣੀ ਜਾਂਦਾ ਉਹਦੇ ਤਹਿਤ ਹੁਣ ਆਮ ਆਦਮੀ ਪਾਰਟੀ ਨੇ ਸਿਆਸਤ ਕਰਨ ਵਾਸਤੇ ਜਿਹੜੀਆਂ ਯੋਜਨਾਵਾਂ ਤਿਆਰ ਕਰ ਲਈਆਂ ਨੇ। ਗੱਲ ਇਹ ਹੈ ਕਿ ਪੰਜਾਬ ਤੋਂ ਰਾਜਸਥਾਨ 'ਚ ਈਸਟਰਨ ਫੀਡਰ ਤੋਂ ਕਰੀਬ 11,000 ਕਿਊਸਿਕ ਫੁੱਟ ਪਾਣੀ ਜਾਂਦਾ। ਪਿਛਲੇ ਸਾਲ ਡੇਢ ਸਾਲ ਤੋਂ ਨਹਿਰਾਂ ਦੀ ਸਫਾਈ ਨਹੀਂ ਹੋਈ, ਜਿਸ ਕਰਕੇ ਉਹ ਪਾਣੀ ਦੀ ਜਿਹੜੀ ਸਮਰੱਥਾ, ਜਿਹੜਾ 11,000 ਕਿਊਸਿਕ ਫੁੱਟ ਪਾਣੀ ਜਾਂਦਾ ਸੀ ਉਹ ਕੋਈ 6500 ਕਿਊਸਿਕ ਫੁੱਟ ਹੀ ਜਾ ਰਿਹਾ। ਇੱਕ ਨਹਿਰਾਂ ਦੀ ਸਫਾਈ ਨਹੀਂ ਹੋਈ, ਚੈਨਲ ਬੰਦ ਨੇ, ਅਤੇ ਦੂਜਾ ਇੰਦਰਾ ਕਨਾਲ ਦਾ ਵੀ ਨਵੀਨੀਕਰਨ ਹੋ ਰਿਹਾ। ਜਿੱਥੇ 11,000 ਕਿਊਸਿਕ ਫੁੱਟ ਪਾਣੀ ਜਾਂਦਾ ਸੀ ਉਹ ਪਿਛਲੇ ਡੇਢ ਸਾਲ ਤੋਂ ਨਹੀਂ ਜਾ ਰਿਹਾ। 11,000 ਕਿਊਸਿਕ ਫੁੱਟ ਦੇ ਮੁਕਾਬਲੇ ਮਹਿਜ 6500 ਕਿਊਸਿਕ ਫੁੱਟ ਪਾਣੀ ਹੀ ਜਾ ਰਿਹਾ, ਜਿਸ ਕਰਕੇ ਪੰਜਾਬ ਨਾਲ ਲੱਗਦੇ ਜਿਹੜੇ ਰਾਜਸਥਾਨ ਦੇ ਏਰੀਏ ਨੇ, ਜ਼ਿਲ੍ਹੇ ਨੇ, ਉੱਥੇ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ, ਖੇਤੀ ਵਾਸਤੇ ਵੀ ਅਤੇ ਪੀਣ ਵਾਸਤੇ ਵੀ। ਰਾਜਸਥਾਨ ਅਤੇ ਪੰਜਾਬ ਦੇ ਬਾਰਡਰ 'ਤੇ, ਰਾਜਸਥਾਨ ਵਾਲੇ ਪਾਸੇ 'ਤੇ ਕਿਸਾਨਾਂ ਦੇ ਅਤੇ ਆਮ ਲੋਕਾਂ ਦੇ ਜਿਹੜੇ ਧਰਨੇ ਰੋਸ ਮੁਜ਼ਾਹਰੇ ਚੱਲ ਰਹੇ ਨੇ, ਦਿੱਕਤ ਬਹੁਤ ਜ਼ਿਆਦਾ। ਹੁਣ ਉਸ ਦਿੱਕਤ ਦੇ ਜ਼ਰੀਏ, ਉਸ ਦਿੱਕਤ ਦੇ ਬਹਾਨੇ, ਜਾਂ ਜਿਹੜੀ ਨਹਿਰ ਦਾ ਇੰਦਰਾ ਕਨਾਲ ਦਾ ਨਵੀਨੀਕਰਨ ਕੀਤਾ ਜਾ ਰਿਹਾ, ਜਾਂ ਜਿਹੜੇ ਚੈਨਲਾਂ ਦੀ ਹੁਣ ਸਫਾਈ ਕਰਨੀ ਆ, ਉਹਦੀ ਆੜ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਦੇ ਵਿੱਚ ਐਂਟਰੀ ਕਰਨ ਦਾ ਮਨ ਬਣਾ ਲਿਆ। ਸਿਆਸਤ 'ਚ ਐਂਟਰੀ ਜ਼ਬਰਦਸਤ ਤਰੀਕੇ ਨਾਲ ਕਰਨ ਦੀਆਂ ਜਿਹੜੀਆਂ ਯੋਜਨਾਵਾਂ ਨੇ ਉਹਨਾਂ ਨੂੰ ਮੁਕੰਮਲ ਰੂਪ ਦਿੱਤਾ ਜਾ ਰਿਹਾ। ਰਾਜਸਥਾਨ ਦੇ ਨਗੌਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਨੇ ਹਨੂੰਮਾਨ ਬੈਨੀਪਾਲ, ਜਿਨ੍ਹਾਂ ਨੇ ਵੀ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਹੱਕ ਵਿੱਚ ਨਾਰਾ ਮਾਰਿਆ ਸੀ ਅਤੇ ਕਿਸਾਨਾਂ ਦੇ ਲੀਡਰ ਮੰਨੇ ਜਾਂਦੇ ਨੇ ਹਨੂੰਮਾਨ ਬੈਨੀਪਾਲ, ਅਤੇ ਹਨੂੰਮਾਨ ਬੈਨੀਪਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਬਠਿੰਡੇ ਪਹੁੰਚ ਕੇ ਮੀਟਿੰਗ ਕੀਤੀ ਆ। ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਤੋਂ ਵਿਸ਼ੇਸ਼ ਹਨੂੰਮਾਨ ਬੈਨੀਪਾਲ ਦੇ ਨਾਲ ਮੀਟਿੰਗ ਕਰਨ ਪੁੱਜੇ ਨੇ, ਨਾਲ ਸੀਨੀਅਰ ਅਧਿਕਾਰੀ ਵੀ ਸਨ। ਤੁਹਾਨੂੰ ਦੱਸ ਦਈਏ ਕਿ ਜਿਹੜੇ ਹਨੂੰਮਾਨ ਬੈਨੀਪਾਲ ਨੇ ਰਾਜਸਥਾਨ ਦੀ ਸੂਬਾਈ ਪਾਰਟੀ, ਇੱਕ ਰਾਸ਼ਟਰੀ ਲੋਕਤੰਤਰਕ ਪਾਰਟੀ, ਉਹਦੇ ਪ੍ਰਧਾਨ ਵੀ ਨੇ, ਅਤੇ ਆਮ ਲੋਕਾਂ ਦੇ ਵਿੱਚ ਅਤੇ ਕਿਸਾਨਾਂ ਦੇ ਵਿੱਚ ਹਨੂੰਮਾਨ ਬੈਨੀਪਾਲ ਜਿਹੜੇ ਲੋਕ ਸਭਾ ਮੈਂਬਰ ਨੇ ਉਹਨਾਂ ਦਾ ਕਾਫੀ ਜਲਵਾ। ਉਸ ਜਲਵੇ ਨੂੰ ਧਿਆਨ ਵਿੱਚ ਰੱਖਦੇ ਹੁਣ ਆਮ ਆਦਮੀ ਪਾਰਟੀ ਨੇ ਸਿਆਸਤ 'ਚ ਇੱਕ ਨਵੀਂ ਸਕੀਮ ਕੱਢ ਲਈ ਆ, ਕਿਉਂ ਨਾ ਇਸ ਲੋਕ ਸਭਾ ਮੈਂਬਰ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਿਲ ਕੀਤਾ ਜਾਵੇ। ਜੋ ਜਾਣਕਾਰ ਦੱਸਦੇ ਨੇ ਕਿ ਆਮ ਆਦਮੀ ਪਾਰਟੀ ਨੇ ਹਨੂੰਮਾਨ ਬੈਨੀਪਾਲ ਨੂੰ ਇਹ ਔਫਰ ਕਰ ਦਿੱਤੀ ਆ, ਸਿਆਸਤ ਦੇ ਵਿੱਚ ਪੇਸ਼ਕਸ਼ ਕਰ ਦਿੱਤੀ ਆ ਕਿ ਤੁਸੀਂ ਮੁੱਖ ਮੰਤਰੀ ਦੇ ਚਿਹਰੇ ਬਣੋ ਅਤੇ ਜਿਹੜੀ ਤੁਹਾਡੀ ਰਾਸ਼ਟਰੀ ਲੋਕਤੰਤਰਕ ਪਾਰਟੀ ਆ ਉਹਨੂੰ ਆਮ ਆਦਮੀ ਪਾਰਟੀ ਦੇ ਵਿੱਚ ਮਰਜ ਕਰ ਦਿਉ, ਵਿਲੇ ਕਰ ਦਿਉ, ਅਤੇ ਤੁਸੀਂ 5-6 ਮਹੀਨੇ ਬਾਅਦ ਜਿਹੜੀਆਂ ਰਾਜਸਥਾਨ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਉਹਦੇ ਵਾਸਤੇ ਤੁਸੀਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਹੋਊਗੇ। ਇਸੇ ਕਰਕੇ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਦੱਸਿਆ ਜਾ ਰਿਹਾ ਕਿ ਮੀਟਿੰਗ ਕੀਤੀ ਆ ਹਨੂੰਮਾਨ ਬੈਨੀਪਾਲ ਦੇ ਨਾਲ, ਕਿਉਂਕਿ ਦੂਜਾ ਇੱਕ ਦੋਨੇ ਲੋਕ ਸਭਾ ਮੈਂਬਰ ਰਹਿ ਚੁੱਕੇ ਨੇ, ਪਾਰਲੀਮੈਂਟ ਦੇ ਵਿੱਚ ਦੋਸਤੀ ਵੀ ਚੰਗੀ ਰਹੀ ਆ, ਔਰ ਇੱਕ ਗਵਾਂਢੀ ਸੂਬੇ ਨੇ, ਇਸ ਕਰਕੇ ਜਿਹੜੀ ਦੋਸਤੀ ਹੁਣ ਸਿਆਸਤ ਦੇ ਵਿੱਚ ਕਨਵਰਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਰਾਜਸਥਾਨ 'ਚ ਪੰਜਾਬ ਦੇ ਨਾਲ ਲੱਗਦੇ ਖੇਤਰਾਂ 'ਚ ਪਾਣੀ ਦੀ ਬੜੀ ਭਾਰੀ ਕਿੱਲਤ ਹੈਗੀ ਆ, ਦਿੱਕਤ ਆ। ਪਿਛਲੇ ਦਿਨੀ ਰਾਜਸਥਾਨ ਦੇ ਵਿਧਾਨ ਸਭਾ ਹਲਕਾ ਸੰਗਰੀ ਅਤੇ ਹਨੂੰਮਾਨਗੜ੍ਹ ਖੇਤਰ ਵਿੱਚ ਕਿਸਾਨਾਂ ਅਤੇ ਆਮ ਲੋਕਾਂ ਵੱਲੋਂ ਰੋਸ ਮੁਜ਼ਾਹਰੇ ਧਰਨੇ ਕੀਤੇ ਗਏ ਸੀ। ਉਹਨਾਂ ਰੋਸ ਮੁਜ਼ਾਹਰੇ ਧਰਨਿਆਂ ਦੇ ਵਿੱਚ ਜਿਹੜੇ ਨਗੌਰ ਤੋਂ ਲੋਕ ਸਭਾ ਮੈਂਬਰ ਨੇ ਹਨੂੰਮਾਨ ਬੈਨੀਪਾਲ, ਉਹਨਾਂ ਨੇ ਪੁੱਜ ਕੇ ਕਿਸਾਨਾਂ ਨੂੰ ਅਤੇ ਆਮ ਲੋਕਾਂ ਨੂੰ ਭਰੋਸਾ ਵੀ ਦਿਵਾਇਆ ਸੀ ਅਤੇ ਹੱਕ ਵੀ ਜਿਤਾਇਆ ਸੀ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਨਾਲ ਉਹਨਾਂ ਦੀ ਚੰਗੀ ਦੋਸਤੀ ਆ, ਉਹਨਾਂ ਦੇ ਨਾਲ ਗੱਲਬਾਤ ਕਰਨਗੇ, ਮਸਲੇ ਦਾ ਹੱਲ ਕੱਢਣਗੇ, ਅਤੇ ਜਿਵੇਂ ਪਹਿਲਾਂ 11,000 ਕਿਊਸਿਕ ਪਾਣੀ ਪੰਜਾਬ ਤੋਂ ਆਉਂਦਾ ਉਸੇ ਤਰ੍ਹਾਂ ਆਉਣਾ ਸ਼ੁਰੂ ਹੋ ਜਾਊਗਾ। ਇਸੇ ਮੱਦੇਨਜ਼ਰ ਬੀਤੇ ਦਿਨ ਬਠਿੰਡੇ ਇੱਕ ਐਮਰਜੈਂਸੀ ਮੀਟਿੰਗ ਹੋਈ ਅਤੇ ਇਸ ਐਮਰਜੈਂਸੀ ਮੀਟਿੰਗ 'ਚ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਤੌਰ 'ਤੇ ਪੁੱਜੇ। ਉਸ ਧਰਨੇ ਨੂੰ ਸੰਬੋਧਨ ਕੀਤਾ ਸੀ ਹਨੂੰਮਾਨ ਬੈਨੀਪਾਲ ਨੇ, ਔਰ ਵਾਅਦਾ ਕੀਤਾ ਸੀ ਰਾਜਸਥਾਨ ਦੇ ਲੋਕਾਂ ਦੇ ਨਾਲ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਉਹਦੇ ਕਰੀਬੀ ਦੋਸਤ ਨੇ ਗੱਲਬਾਤ ਕਰਨਗੇ।
ਹੁਣ ਉਹ ਜਿਹੜੀ ਦੋਸਤੀ ਆ ਜਾਂ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਮੰਨਿਆ ਜਾ ਰਿਹਾ ਕਿ ਇਹਦੇ ਪਿੱਛੇ ਆਮ ਆਦਮੀ ਪਾਰਟੀ ਨੇ ਆਪਣੀ ਰਣਨੀਤੀ ਤੈਅ ਕਰ ਲਈ ਆ, ਰਣਨੀਤੀ ਕੱਢ ਲਈ ਆ ਕਿ ਕਿਉਂ ਨਾ ਹਨੂਮਾਨ ਜਿਹੜੇ ਬੈਨੀਪਾਲ ਨੇ ਜਿਹੜੇ ਲੋਕ ਸਭਾ ਮੈਂਬਰ ਨਗੌਰ ਤੋਂ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਕੇ ਉਸਦੀ ਪਾਰਟੀ ਨੂੰ ਆਮ ਆਦਮੀ ਪਾਰਟੀ 'ਚ ਮਰਜ ਕਰਕੇ ਉੱਥੇ ਚੋਣਾਂ ਲੜੀਆਂ ਜਾਣ ਤਾਂ ਜੋ ਰਾਜਸਥਾਨ ਵਿਧਾਨ ਸਭਾ 'ਚ ਵੀ ਅਸੈਂਬਲੀ 'ਚ ਆਮ ਆਦਮੀ ਪਾਰਟੀ ਦੀ ਐਂਟਰੀ ਹੋ ਸਕੇ। ਸਰਕਾਰ ਹੋ ਸਕਦਾ ਕਿ ਬਣਾਉਣਾ ਦੂਰ ਦੀ ਗੱਲ ਹੋਊ, ਲੇਕਿਨ ਅਗਰ ਰਾਜਸਥਾਨ ਖਾਸ ਕਰਕੇ ਜਿਹੜੇ ਪੰਜਾਬੀ ਬੈਲਟ ਆ ਉੱਥੇ ਚਾਹੇ ਗੰਗਾਨਗਰ ਹੋਵੇ ਚਾਹੇ ਹਨੂਮਾਨਗੜ੍ਹ ਹੋਵੇ ਉਹਨਾਂ ਵਿਧਾਨ ਸਭਾ ਦੇ ਅੰਦਰ ਜੇ ਸਰਕਾਰ ਨੂੰ ਲੱਗਦਾ ਖਾਸ ਕਰਕੇ ਆਮ ਆਦਮੀ ਪਾਰਟੀ ਔਰ ਪੰਜਾਬ ਸਰਕਾਰ ਅਤੇ ਦਿੱਲੀ ਸਰਕਾਰ ਨੂੰ ਲੱਗਦਾ ਕਿ ਜੇ ਐਂਟਰੀ ਰਾਜਸਥਾਨ ਅਸੈਂਬਲੀ 'ਚ ਵੀ ਹੋ ਜਾਊਗੀ ਹਨੂਮਾਨ ਬੈਨੀਪਾਲ ਦੇ ਜ਼ਰੀਏ ਤਾਂ ਕੀ ਮਾੜਾ ਹੈਗਾ। 11,000 ਕਿਊਸਕ ਪਾਣੀ ਤਾਂ ਪਹਿਲਾਂ ਵੀ ਪੰਜਾਬ ਤੋਂ ਸਦੀਆਂ ਤੋਂ ਜਾਂਦਾ ਰਿਹਾ, ਉਹ ਵੱਖਰੀ ਗੱਲ ਹੈ ਕਿ ਹੁਣ ਚੈਨਲਾਂ ਦੀ ਅਤੇ ਨਹਿਰਾਂ ਦੀ ਸਫਾਈ ਨਹੀਂ ਹੋਈ 1.5 ਸਾਲ ਤੋਂ। ਦੂਜਾ ਇੰਦਰਾ ਕਨਾਲ ਦਾ ਨਵੀਨੀਕਰਨ ਚੱਲ ਰਿਹਾ ਜਿਹਦਾ ਪੰਜਾਬ ਸਰਕਾਰ ਨੇ ਵਿਧਾਨ ਸਭਾ ਬਜਟ ਦੇ ਵਿੱਚ ਕੋਈ ਵੱਡਾ ਚੌੜਾ ਬਜਟ ਰੱਖਿਆ ਸੀ ਅਤੇ ਉਸ ਆੜ ਦੇ ਵਿੱਚ ਪਾਣੀ ਪਹਿਲਾਂ ਹੀ ਜਾ ਰਿਹਾ ਹੈਗਾ। ਵੱਖਰੀ ਗੱਲ ਹੈ ਕਿ 6500 ਕਿਊਸਕ ਫੁੱਟ ਹੀ ਜਾ ਰਿਹਾ, ਲੇਕਿਨ ਜੇ 11,000 ਕਿਊਸਕ ਫੁੱਟ ਦੇਣ ਦੇ ਨਾਲ ਆਮ ਆਦਮੀ ਪਾਰਟੀ ਦਾ ਫਾਇਦਾ ਹੁੰਦਾ ਸਿਆਸਤ ਤੌਰ 'ਤੇ ਅਤੇ ਸੁਵਿਧਾ ਮਾੜਾ ਨਹੀਂ ਆ। ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਵਿਸ਼ੇਸ਼ ਤੌਰ 'ਤੇ ਹਨੂਮਾਨ ਜਿਹੜੇ ਬੈਨੀਪਾਲ ਨੇ ਲੋਕ ਸਭਾ ਮੈਂਬਰ ਨਗੌਰ ਤੋਂ ਉਹਨਾਂ ਦੇ ਨਾਲ ਮੀਟਿੰਗ ਕੀਤੀ ਆ ਇਸ ਮਸਲੇ ਦੇ ਵਿੱਚ। ਜਿਹੜੇ ਪੰਜਾਬ ਤੋਂ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਗਏ ਨੇ ਉਹਨਾਂ ਦੇ ਨਾਲ ਵਿਸ਼ੇਸ਼ ਤੌਰ 'ਤੇ ਉਹਨਾਂ ਦੇ ਪ੍ਰਮੁੱਖ ਸਕੱਤਰ ਟੂ CM ਏ ਵੇਣੂ ਪ੍ਰਸ਼ਾਦ ਅਤੇ ਕ੍ਰਿਸ਼ਨ ਕੁਮਾਰ ਤੋਂ ਇਲਾਵਾ ਨਹਿਰੀ ਵਿਭਾਗ ਦੇ ਉੱਚ ਅਧਿਕਾਰੀ ਵੀ ਸ਼ਾਮਿਲ ਸਨ। ਸਭ ਤੋਂ ਵੱਡੀ ਗੱਲ ਕਿ ਇਸ ਮਸਲੇ ਦੇ ਵਿੱਚ ਰਾਜਸਥਾਨ ਦੇ ਵਿਧਾਨ ਸਭਾ ਹਲਕਾ ਸੰਗਰੀਆਂ ਤੋਂ ਜਿਹੜੇ ਵਿਧਾਇਕ ਨੇ ਗੁਰਦੀਪ ਸਿੰਘ ਸਾਹ ਪੀਨੀ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ। ਉਹਨਾਂ ਨੇ ਮੰਨਿਆ ਕਿ ਮੀਟਿੰਗ ਹੋਈ ਆ ਔਰ ਮੀਟਿੰਗ ਦੇ ਵਿੱਚ ਇਹੀ ਮਸਲਾ ਸੀ ਕਿ ਪੰਜਾਬ ਤੋਂ ਜਿਹੜਾ ਪਾਣੀ ਘੱਟ ਆ ਰਿਹਾ, ਪਾਣੀ ਘੱਟ ਆਉਣ ਕਰਕੇ ਸੰਗਰੀਆਂ ਅਤੇ ਹਨੂਮਾਨਗੜ੍ਹ ਦੇ ਏਰੀਏ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਆ, ਮੁਸ਼ਕਲ ਆ ਖੇਤੀ ਵਾਸਤੇ ਵੀ ਅਤੇ ਪੀਣ ਵਾਸਤੇ ਵੀ। ਇਸ ਕਰਕੇ ਜਿਹੜੇ ਲੋਕ ਸਭਾ ਮੈਂਬਰ ਬੈਨੀਪਾਲ ਨੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ। ਜਿੱਥੋਂ ਤੱਕ ਸਿਆਸਤ ਦੇ ਵਿੱਚ ਕੀ ਕੁਝ ਹੁੰਦਾ ਉਹਦੇ ਬਾਰੇ ਉਹਨਾਂ ਨੇ ਕੋਈ ਖੁੱਲ੍ਹ ਕੇ ਗੱਲਬਾਤ ਨਹੀਂ ਕੀਤੀ, ਲੇਕਿਨ ਸਵਾਲ ਹੈ ਕਿ ਰਾਜਸਥਾਨ ਦੇ ਵਿੱਚ ਐਂਟਰੀ ਕੀਤੀ ਜਾ ਰਹੀ ਆ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਪਾਣੀਆਂ ਦੇ ਬਹਾਨੇ। ਵੈਸੇ ਵੀ ਰਾਜਸਥਾਨ ਦੀ ਯੂਨੀਵਰਸਿਟੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਸਟੂਡੈਂਟ ਵਿੰਗ ਆ ਉੱਥੇ ਉਹਨਾਂ ਨੂੰ ਪਹਿਲਾਂ ਵੀ ਸੀਟਾਂ ਆ ਚੁੱਕੀਆਂ ਨੇ, ਲੇਕਿਨ ਹੁਣ ਕਿਉਂਕਿ 5-6 ਮਹੀਨੇ ਬਾਅਦ ਅਸੈਂਬਲੀ ਚੋਣਾਂ ਨੇ ਰਾਜਸਥਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਵੀ ਹਾਲਤ ਪਤਲੀ ਆ ਔਰ ਕਾਂਗਰਸ ਪਾਰਟੀ ਦੀ ਲੜਾਈ ਸਿਰੇ ਦੀ ਲੜਾਈ ਆ। ਜਿਹੜੇ ਅਸ਼ੋਕ ਗਹਿਲੋਤ ਮੁੱਖ ਮੰਤਰੀ ਰਾਜਸਥਾਨ ਅਤੇ ਸਚਿਨ ਪਾਇਲਟ ਜਿਹੜੇ ਡਿਪਟੀ CM ਆ ਦੋਨਾਂ ਦੇ ਵਿੱਚ 36-96 ਦਾ ਅੰਕੜਾ ਹੈਗਾ। ਹਾਲਾਂਕਿ ਪੰਜਾਬ ਤੋਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੁਣਾਂ ਨੂੰ ਪਾਰਟੀ ਮਾਮਲਿਆਂ ਦਾ ਇੰਚਾਰਜ ਜ਼ਰੂਰ ਕਾਂਗਰਸ ਪਾਰਟੀ ਵੱਲੋਂ ਲਾਇਆ ਗਿਆ ਹੈਗਾ, ਲੇਕਿਨ ਜਿਹੜੀ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਦੇ ਵਿਚਕਾਰ ਖਾਨਾ ਜੰਗੀ ਚੱਲ ਰਹੀ ਆ ਉਹ ਹਾਲੇ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ। ਔਰ ਦੂਜਾ 6 ਮਹੀਨੇ ਬਾਅਦ ਵਿਧਾਨ ਸਭਾ ਚੋਣਾਂ ਨੇ ਅਤੇ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਲੱਗਾ ਕਿਉਂ ਨਾ ਪਾਣੀ ਤਾਂ ਪਹਿਲਾਂ ਵੀ ਜਾ ਰਿਹਾ, ਲੇਕਿਨ ਹੁਣ ਪਾਣੀ ਮੁੜ ਤੋਂ ਚਾਲੂ ਕਰਕੇ 11,000 ਕਿਊਸਕ ਫੁੱਟ ਜਿਹੜਾ ਦਿੱਤਾ ਜਾਵੇ ਤਾਂ ਜੋ ਪੰਜਾਬ ਦੇ ਨਾਲ ਨਾਲ ਜਿਹੜੇ ਰਾਜਸਥਾਨ ਨਾਲ ਲੱਗਦੇ ਏਰੀਏ ਨੇ ਜਾਂ ਸੰਗਰੀਆਂ ਜਾਂ ਹਨੂਮਾਨਗੜ੍ਹ ਜਾਂ ਦੂਜੇ ਗੰਗਾਨਗਰ ਵਗੈਰਾ ਜਿਹੜੇ ਲੋਕਾਂ ਨੂੰ ਪਾਣੀ ਦੀ ਮੁਸ਼ਕਲ ਆ ਰਹੀ ਆ ਉਹ ਮੁਸ਼ਕਲ ਦੂਰ ਹੋ ਸਕੇ। ਨਾਲ ਦੀ ਨਾਲ ਪਾਣੀਆਂ ਦੇ ਬਹਾਨੇ ਪੰਜਾਬ ਆਮ ਆਦਮੀ ਪਾਰਟੀ ਦੀ ਦਿੱਲੀ ਰਾਜਸਥਾਨ ਦੇ ਵਿੱਚ ਐਂਟਰੀ ਹੋਵੇ, ਕਿਉਂਕਿ ਜੇ 63 MLA ਦਿੱਲੀ 'ਚ ਨੇ, 92 ਪੰਜਾਬ 'ਚ ਨੇ, ਗੋਆ ਦੇ ਵਿੱਚ ਨੇ, ਰਾਜਸਥਾਨ ਦੇ ਵਿੱਚ ਨੇ ਅਤੇ ਆਮ ਆਦਮੀ ਪਾਰਟੀ ਨੇ ਕਰਨਾਟਕਾ 'ਚ ਵੀ ਜ਼ੋਰ ਲਗਾਇਆ ਸੀ ਪੰਜਾਬ ਦੇ ਮੁੱਖ ਮੰਤਰੀ ਔਰ ਕੇਜਰੀਵਾਲ ਸਾਹਿਬ ਦੀਆਂ ਬਹੁਤ ਗੇੜੀਆਂ ਲੱਗੀਆਂ, ਲੇਕਿਨ ਰਿਜ਼ਲਟ ਮਾੜਾ ਰਿਹਾ ਹੈਗਾ। ਲੇਕਿਨ ਹੁਣ ਕਿਉਂਕਿ ਪੰਜਾਬ ਦੇ ਨਾਲ ਗਵਾਂਢੀ ਲੱਗਦੇ ਨੇ, ਰਾਜਸਥਾਨ ਬਹੁਤ ਜ਼ਿਆਦਾ ਪੰਜਾਬੀ ਭਾਈਚਾਰਾ ਵੱਸਦਾ ਹੈਗਾ ਅਤੇ ਇਹ ਹੁਣ ਜਿਹੜੇ ਹਨੂਮਾਨ ਬੈਨੀਪਾਲ ਨੇ ਜਿਹੜੇ ਲੋਕ ਸਭਾ ਮੈਂਬਰ ਨੇ ਜਿਹੜੇ ਭਗਵੰਤ ਮਾਨ ਦੇ ਕਾਫੀ ਕਰੀਬੀ ਦੱਸੇ ਜਾਂਦੇ ਰਹੇ ਨੇ, ਜਿਨ੍ਹਾਂ ਦੀ ਇੱਕ ਆਪਣੀ ਪਾਰਟੀ ਆ ਰਾਸ਼ਟਰੀ ਲੋਕਤੰਤਰਕ ਪਾਰਟੀ, ਮੰਨਿਆ ਜਾ ਰਿਹਾ ਕਿ ਉਸ ਪਾਰਟੀ ਨੂੰ ਅਤੇ ਹਨੂਮਾਨ ਜਿਹੜੇ ਬੈਨੀਪਾਲ ਨੇ ਮਨਾਇਆ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ, ਅਰਵਿੰਦ ਕੇਜਰੀਵਾਲ ਵੱਲੋਂ ਕਿ ਉਹ ਪਾਰਟੀ ਨੂੰ ਆਮ ਆਦਮੀ ਪਾਰਟੀ 'ਚ ਮਰਜ ਕੀਤਾ ਜਾਵੇ ਅਤੇ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇ ਤਾਂ ਜੋ ਗੋਆ, ਗੁਜਰਾਤ, ਦਿੱਲੀ ਅਤੇ ਪੰਜਾਬ ਤੋਂ ਬਾਅਦ
राजस्थान दे विच भी आम आदमी पार्टी की एंट्री हो सके। देखते हैं कि जिहड़े पानी वाला सौदा जां पानियां ते जिहड़ी सियासत राजस्थान च करन दी कोशिश की जा रही आम आदमी पार्टी वालों, इहदा आम आदमी पार्टी नूं किन्ना फायदा मिलदा हैगा। समा बहुता दूर नहीं आ क्योंकि 6 महीने नूं विधानसभा चोणां होणियां राजस्थान दे विच, सारी स्थिति स्पष्ट हो जाऊगी। लेकिन जिहड़े पंजाब दे पानियां ते राजस्थान च एंट्री ते आम आदमी पार्टी की सियासत सौदा चंगा रहेगा जां माड़ा रहेगा, मुनाफे वाला रहेगा जां घाटे वाला रहेगा, आने वाले समय से स्थिति स्पष्ट हो जाएगी। फिलहाल तुहाडा बहुत बहुत शुक्रिया। इस तरह देखते रहो ABC पंजाब।